ਕਿਸ ਤਰ੍ਹਾਂ ਦਾ ਆਪਣਾ ਪ੍ਰੋਗਰਾਮ ਵੇਖਿਆ ਗਿਆ ਅੱਜ? ਜਿਹੜਾ ਅਸੀਂ ਜਿਹੜਾ ਪਿੰਡਾਂ ਦਾ ਰੱਖਿਆ ਲਗਭਗ 50 ਪਿੰਡ ਦੇ ਹੈਗਾ ਹੈਗਾ ਤਫਾਨੀ ਦੌਰਾ ਹੈ। ਇਹਦੇ ਵਿੱਚ ਅੱਜ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਕਿ ਆਓ ਪੰਜਾਬ ਨੂੰ ਬਚਾਈਏ, ਜਿਹਦੇ ਵਿੱਚ ਜਿਹੜੇ ਕੈਪਟਨਾਂ ਜਾਂ ਮੋਦੀ ਨੇ ਜਿਹੜੇ ਕੀਤੇ ਹੈ ਅੱਜ ਤੱਕ ਲਾਰੇ ਲਾਏ ਹੈ, ਉਹਨਾਂ ਲੋਕਾਂ ਦੇ ਵਿੱਚ ਧਿਆਨ ਦੇ ਵਿੱਚ ਲਿਆ ਕੇ ਇੱਕ ਪੰਜਾਬ ਏਕਤਾ ਪਾਰਟੀ ਦੇ ਜਮਹੂਰੀ ਗੱਠਜੋੜ ਦੀਆਂ ਜਿਹੜੀਆਂ 6 ਪਾਰਟੀਆਂ ਪਰਸੋਂ ਸਾਡੇ ਨਾਲ ਜਿਹੜੇ ਹੈ RPI ਨੇ ਵੀ ਸਾਨੂੰ ਸਮਰਥਨ ਦਿੱਤਾ, 7 ਪਾਰਟੀਆਂ ਹੋ ਗਈਆਂ। ਅਤੇ ਅੱਜ ਪੂਰੀ ਮਤਲਬ ਸਾਡਾ ਜਿਹੜਾ ਤਫਾਨੀ ਦੌਰਾ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਵਿੱਚ ਦੀ ਇਹ ਪੰਜਾਬ ਏਕਤਾ ਪਾਰਟੀ ਔਰ ਜਮਹੂਰੀ ਗੱਠਜੋੜ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਬਾਰੇ ਦੱਸਦੇ ਜਾਣਾ ਔਰ ਲੋਕਾਂ ਨੂੰ ਨਾਲ ਜੋੜਦੇ ਵੀ ਜਾਣਾ। ਵਿਰੋਧੀ ਪਾਰਟੀਆਂ ਦੇ ਵਿੱਚ ਜਿਵੇਂ ਸਦੀਕ ਸਾਹਿਬ ਪਹਿਲਾਂ ਆਪਣੇ ਵਿਧਾਨ ਸਭਾ ਦੇ ਵਿੱਚ ਗਾਣੇ ਮਿਰਜ਼ਾ ਸਾਹਿਬਾਂ ਸੁਣਾ ਕੇ ਆ ਗਏ ਹੈ, ਉਹ ਜਿਹਾ ਨੂੰ ਪਾਰਲੀਮੈਂਟ ਦੇ ਵਿੱਚ ਭੇਜਣਾ ਦਾ ਕੀ ਫਾਇਦਾ? ਦੂਸਰੇ ਨੰਬਰ 'ਤੇ ਗੁਲਜ਼ਾਰ ਸਿੰਘ ਰਣੀਕੇ ਨੇ ਜੇ ਸਾਡੇ ਗਰੀਬ ਬੱਚਿਆਂ ਦਾ ਜਿਹੜਾ ਵਜ਼ੀਫਾ ਜਿਹੜਾ ਹੜਪਿਆ ਔਰ ਸਗਨ ਸਕੀਮਾਂ ਖਾਧੀਆਂ, ਅੱਜ ਵੀ ਉਹਦਾ PA ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਔਰ ਹੋਰ ਬਹੁਤ ਸਾਰੇ ਘਪਲੇ ਕੀਤੇ ਆ। ਜੇ ਅੱਜ ਮੈਂ ਆਪਦੇ ਸਮਾਜ ਦੇ ਲੋਕਾਂ ਨੂੰ ਇਹ ਕਹਾਂਗਾ, ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਕਹਾਂਗਾ ਕਿ ਜੇ ਇਹੋ ਜਿਹੇ ਬੰਦਾ ਪਾਰਲੀਮੈਂਟ ਦੇ ਵਿੱਚ ਜਾਂਦਾ ਤਾਂ ਉਸ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਜਿਸ ਨੇ ਪਹਿਲਾਂ ਹੀ ਸਾਡਾ ਸਾਡੇ ਸਮਾਜ ਦਾ ਘਾਣ ਕੀਤਾ ਹੈ। ਅੱਜ ਵੀ PA ਉਹਦਾ ਜੇਲ੍ਹ ਦੇ ਵਿੱਚ ਬੈਠਾ। ਜੀ ਦੇਖੋ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਦੇ ਵਿੱਚ ਮੈਂ ਜਿਹੜਾ ਵਿਧਾਨ ਸਭਾ ਦੇ ਵਿੱਚ 6.5 ਮਿੰਟ ਬੋਲਿਆ ਔਰ ਕੈਪਟਨ ਸਾਹਿਬ ਨੂੰ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਜਿਹਨਾਂ ਦਾ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਵਿੱਚ ਨਾਂ ਹੈ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਨਾਂ, ਸੁਖਬੀਰ ਬਾਦਲ ਦਾ ਨਾਂ, ਮਨਤਾਰ ਸਿੰਘ ਬਰਾੜ ਦਾ ਨਾਂ, 25-30 ਪੁਲਿਸ ਅਫਸਰਾਂ ਦੇ ਨਾਂ ਅਤੇ ਜਿਹਨਾਂ ਨੇ ਚੋਰੀ ਕੀਤਾ ਉਹਨਾਂ ਦੇ ਨਾਂ, ਸਾਰਿਆਂ ਨੂੰ ਜੇਲ੍ਹ ਦੇ ਵਿੱਚ ਡੱਕੋ। ਪਰ ਮੈਂ ਇਹਨਾਂ ਨੂੰ ਕੈਪਟਨ ਸਾਹਿਬ ਨੂੰ ਕਿਹਾ ਸੀ ਵਿਧਾਨ ਸਭਾ ਦੇ ਵਿੱਚ ਤੁਸੀਂ ਇਹਨਾਂ 'ਤੇ ਕੋਈ ਕਾਰਵਾਈ ਨਹੀਂ ਕਰਨੀ, ਪਰ ਅੱਜ ਪੰਜਾਬ ਦੇ ਲੋਕ, ਮੇਰੇ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕ ਇਹ ਸਾਰੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਸਾਰਾ ਉਹਨਾਂ ਦਾ ਵਿਰੋਧ ਕਰ ਰਹੇ ਨੇ ਔਰ ਮਾਸਟਰ ਬਲਦੇਵ ਸਿੰਘ ਨੂੰ ਬਹੁਤ ਸਾਰੀਆਂ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਕਲੱਬਾਂ ਔਰ ਲਗਾਤਾਰ ਮੈਨੂੰ ਹਰ ਰੋਜ਼ ਮਤਲਬ 2-2 4-4 5-5 ਜਿਹੜੇ ਮਤਲਬ ਕਲੱਬਾਂ ਜਾਂ ਮਿਲ ਰਹੇ ਨੇ ਔਰ ਵੱਧ ਤੋਂ ਵੱਧ ਸਮਰਥਨ ਦੇਣ ਦਾ ਭਰੋਸਾ ਦੇ ਰਹੇ ਨੇ ਔਰ ਮੈਂ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜੇ ਮੈਨੂੰ ਪਾਰਲੀਮੈਂਟ ਦੇ ਵਿੱਚ ਭੇਜ ਦਿਓ, ਮੈਂ ਆਪਣੇ ਲੋਕ ਸਭਾ ਦੇ ਜਿਹੜੇ ਹਲਕੇ ਦੇ ਮੁੱਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਉੱਥੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਉਠਾਵਾਂਗਾ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ।